ਬਣਾਈ ਹੁੰਦਾ
ਗੱਡੀ ਭੈਣ ਨਾ ਪਿਆਰ ਜੀ ਵੀ ਖੜੀ ਆ ਬਾਬੇ ਦੀ ਸ਼ਕਤੀ ਬਹੁਤ ਲਾ ਦੇ ਜਲਦ ਤੋਂ ਜਲਦ ਟੀਮਾਂ ਪੁੱਜਣ ਬਿਨਾ ਕਿਸੇ ਦੇਰੀ ਤੋਂ ਕੱਟੇ ਨੂੰ ਲੱਗਣਾ ਬਾਬੇ ਦੇ ਕੋਲ ਖਤਮ ਕਰ ਤੂੰ ਮੋਟਰਸਾਈਕਲ ਬਣਾਏ ਨੀ ਗੇ ਸਾਰੇ ਲੈਂਪ ਤੋਂ ਲੱਗ ਗਏ ਹੁਣ ਮੈਂ ਇੱਕ ਥੋ ਲਿਆਵਾਂ ਹੁਣ ਚੱਕ ਕੇ ਡਰਾਈਵਰ ਜਾਈ ਲਾਡੀ ਕੋਲ ਬਈ ਆਲਟੋ ਦੀ ਚਾਬੀ ਨੀ ਉਹ ਗੱਡੀ ਤੋਰਨੀ ਖੜੀ ਹੈ ਚੰਗੀ ਗੱਲ ਕੋਠੇ ਭਾਈ ਤੇ ਫਤਿਹਗੜ੍ਹ ਕੋਲ ਜਾਣਾ ਕਰਕੇ ਬਾਈ ਬਣ ਕੇ ਟਕਾ ਕੇ ਬੋਲਦੀ ਮੇਰਾ ਭਰਾ ਜੀਤ ਵਰਗਾੜੀ ਜੋਧਾ ਇਡਲੀ ਮੁਬਾਰਕਬਾਦ ਸਾਰੇ ਭਿੰਡਰਾਂ ਵਾਲੇ ਨੂੰ ਵੀ ਮੁਬਾਰਕਬਾਦ ਆ, ਬੇਬੀ ਨੂੰ ਵੀ ਮੁਬਾਰਕਬਾਦ ਆ, ਮੁਬਾਰਕਬਾਦ ਨੀ ਗੱਡੀ ਚ ਤੇਲ ਹੈ ਚਲਾਵਾਂ ਫਿਰ ਕਰਾਂ ਕੁਛ ਰਹਿਣ ਦੇ ਖੜੀ ਰਹਿੰਦੀ ਫੱਟੀ ਤੁਰੀ ਜਾਂਦੀ ਹੈ ਮੋਟਰਸਾਈਕਲ
ਵਿਸ਼ੇਸ਼ ਮਾਨ ਕੋਲ ਕੇ ਦੇ ਧਰਤੀ ਆ ਫਿਰ ਮੈਂ ਰਾਤ ਨੂੰ ਸੱਚੀ ਗੱਲ ਮੈਂ ਬਣਾਉਣ ਲੱਗਾ ਸੀ ਮੈਂ ਕਿਹਾ ਚਲੋ 15-20 ਮਿੰਟ ਬਚਣੇ ਆ ਮੇਰਾ ਕੋਈ ਵਾਲਪੇਪਰ ਦਾ ਕੋਈ ਵਧੀਆ ਜਿਹਾ ਬਣਾ ਦੇ ਸਕਰੀਨ ਸਕਰੂਨ ਤੇ ਲਾਉਣ ਨੂੰ ਵਧੀਆ ਜੀ ਫੋਟੋ ਕੋਈ ਕੋਈ ਨੀ ਮੇਰੇ ਕੋਲ ਕੋਈ ਵੀ ਨੀ ਆਪਣੀ ਫੋਟੋ ਕੋਈ ਵੀ 365 ਵਾਲੀਆਂ ਲਾਈਆਂ ਲੂਈਆਂ ਮੇਰੀਆਂ ਪਿੰਨਾਂ ਦੀਆਂ ਸਾਡੇ ਕੋਲ ਸੀ ਉਹ ਜਿਹੜੀਆਂ ਸੈਦੋ ਗਿਆ ਦੌੜਾਂ ਸਾਨੂੰ ਕਹਿੰਦੇ ਲਾਇਆ ਤੇ ਮਗਰ ਉਹ ਤੁਸੀਂ ਪੋਸਟਰ ਪਾ ਦਿੱਤਾ ਤੇ ਅਸੀਂ ਉਹਨਾਂ ਨੂੰ ਕਹਿ ਕੇ ਖੇਡ ਸਕਦੇ ਸਾਡੇ ਕੋਲ ਪਹਿਲੇ ਦੋ ਅਸੀਂ ਵੀ ਔਖੇ ਹੋਣਾ ਸੀਗਾ ਅਸੀਂ ਤਾਂ ਨਿਕਲ ਗਏ ਵਿੱਚੋਂ ਸਾਡੇ ਕੋਲ ਸੀਗੀਆਂ ਪਹਿਲਾਂ ਸਾਨੂੰ ਕਹਿ ਤਾ ਇਹਨਾਂ ਨੇ ਸਾਡੇ ਕੋਲ ਪ੍ਰੋਗਰਾਮ ਸੀਗੇ ਦੋ ਟੂਰਨਾਮੈਂਟ ਕੱਲ੍ਹ ਫੋਨ ਆ ਗਿਆ ਕਹਿੰਦੇ ਯਾਰ ਅਸੀਂ ਉਹਨਾਂ ਨੂੰ ਕਹਿਤਾ ਸਾਨੂੰ ਥੋੜਾ ਜਾ ਟੂਰਨਾਮੈਂਟ ਹੁੰਦਾ ਦਾ 20-20 ਵਾਰੀ ਵੀ ਮਹਾਨ ਕੋਈ ਨੀ ਆਉਣਾ ਆਪਣਾ ਰੀਪਲੇ ਜਦੋਂ ਜਿੰਨਾ 12 ਮਹਾਂ ਫੈਸਲ ਕੀਤਾ ਯਾਰ ਪਹਿਲਾਂ ਜਵਾਬ ਦੇ ਉਹਨੂੰ ਫਿਰਦੇ ਪਰ ਉਹਨਾਂ ਨੇ ਆਪ ਹੀ ਕਹਿ ਤਾ ਕਿਵੇਂ ਕਿਵੇਂ ਜ਼ੋਰ ਲਾ ਕੇ ਬੋਲਿਆ ਅੱਛਾ ਨਹੀਂ ਨਹੀਂ ਸਾਨੂੰ ਕੱਲ ਹੁਣ ਆਏ ਕਹਿੰਦੇ ਅਸੀਂ ਤਾਂ ਉਹਨਾਂ ਦਾ ਕਰਾਉਣਾ ਕਰਵਾਓ ਵਧੀਆ ਗੱਲ ਅਸੀਂ ਤਾਂ ਖੁਸ਼ ਸੀ ਕਹਿਤਾ ਅਸੀਂ ਤਾਂ ਦੂਜੇ ਕੈਮਰੇ ਨੇ 21 ਸੋਨਾ ਵਿਖਾਉਣੀਆਂ ਸੀ ਤੀਜਾ ਕਰਾਉਣੇ ਆ।
ਕਿਵੇਂ ਕਿਵੇਂ ਉਹ ਰੌਲਾ ਆਏ ਆ ਨਾ ਅਗਲਾ ਪਹਿਲੇ ਦੂਜੇ ਦਾ ਯਾਰ ਕਰ ਲਈ ਵੱਡੀ ਸਿੱਧੀ ਲਾ ਲਈ ਦੀਆਂ ਪਹਿਲਾਂ ਲਾਇਆ ਸੀ ਕਨਵਰਟਰ ਫਲੈਸ਼ਿੰਗ ਹੀ ਕਰਨ ਨੂੰ ਫਲੈਸ਼ਿੰਗ ਜੀ ਕਰਨ ਲੱਗ ਪੈਂਦਾ ਉਹਦਾ ਲੈਂਡ ਕੇਬਲ ਤੇ ਐਕਸਟੈਂਡ ਕਰ ਲੈਂਦੇ ਸੀਗੇ 70-80 ਮੀਟਰ ਕੋਈ ਪ੍ਰੋਬਲਮ ਹੀ ਨੀ ਸੀਗੀ ਸ਼ਾਮ ਦਿਨ ਆ ਕੇ ਫਲੈਸ਼ਿੰਗ ਜੀ ਕਰਨ ਲੱਗ ਪੈਂਦਾ ਕੰਮ ਹੀ ਤੁਸੀਂ ਗਲਤ ਕੀਤਾ ਹੈ ਗਰੀਬ ਦੇ ਪੈਸੇ ਰੱਖਣੇ ਸੀਗੇ ਸਿੱਧੇ ਹੀ ਗਰੀਬ ਦੇ ਪੈਸੇ ਲਿਆ ਕਰਨੇ ਸੀ ਤਾਂ ਬਈ ਮੈਂ ਅਸੀਂ ਪਰਸੋਂ ਇੱਥੇ ਸੀਗੀਆਂ ਪਰਸੋਂ ਕੁਝ ਉੱਥੇ ਲੁਹਾਰੇ ਸੀਗੀਆਂ ਤੇ ਮੈਂ ਤਾਂ ਉਹਨਾਂ ਨੂੰ ਕਿਹਾ ਮੈਂ ਕਿਹਾ ਬਈ ਰੀਪਲੇ ਦੇਖਦੇ ਜਿਹੜੇ 500 ਰੁਪਇਆ ਲੈਂਦਾ ਸਾਨੂੰ ਦਿਵਾਇਆ ਕਰੋ ਫਿਰ ਅਸੀਂ ਰੀਪਲੇ ਵਿਖਾਈ ਕਿੰਨੇ ਪੈਸੇ ਕਿੰਨੇ ਲੈਂਦੇ ਸੈਦੋਗਾਲੀਆਂ ਦੌੜਾ ਦਾ ਰੌਲਾ ਪਿਆ ਕਰਦਾ ਇਹ ਹੋਰ ਫੜੀ ਬੜੇ ਦੌੜਾਂ ਸੈਦੋਗਾਲੀਆਂ ਵੀ ਕਰ ਲਈਆਂ ਆਪਾਂ ਜਵਾਬ ਦੇ ਆਪਾਂ ਜਵਾਬ ਦਾ ਹੁਣ ਫੜਨੀਆਂ ਨੀ ਬਾਬਾ ਆਪਸ ਦੋ ਤੋਂ ਜ਼ਿਆਦਾ ਕੰਫਰਟੇਬਲ ਹੀ ਹੈ ਇੱਕ ਦਿਨ ਲਾਏ ਸੀ ਚਾਰ ਸੌਖਾ ਜ਼ਿਆਦਾ ਸਹੀ ਰਹਿ ਗਏ ਵੈਸੇ ਅਗਲੀ ਕਬੱਡੀ ਖੇਡ ਦੇ ਮੈਦਾਨ ਵਿੱਚ ਮੁਸ਼ਕੁਟ ਕਬੂਲ ਚੜ੍ਹਦੀ ਦੂਜੇ ਰਾਊਂਡ ਦੀਆਂ ਤਾਈਆਂ ਕੱਢਦੀਆਂ ਪਹਿਲਾਂ ਮੈਚ ਹੈ ਰੱਦੀ ਵਾਲਾ ਤੇ ਜਲਾਲਾਬਾਦ ਕੱਟੂ ਬਰਨਾਲਾ ਤੇ ਚੌਂਕੇ ਭਿੰਡਰ ਤੇ
ਸਿਆਣਾ ਸਿੱਖੀ ਤਿਰਨਿਆ ਘੋੜੀਆਂ ਖੇਡੂਗੀ ਇਹਨਾਂ ਦੇ ਜੇਤੂ ਨਾਲ ਕਬੱਡੀ ਪਾ ਰਿਹਾ ਸ੍ਰੀ ਆਨੰਦਪੁਰ ਸਾਹਿਬ ਦੀ ਧਰਤੀ ਤੇ ਵਧੀਆ ਖੇਡਿਆ ਨੌਜਵਾਨ ਪ੍ਰੋਬਲਮ ਪਤਾ ਕੀ ਆ ਜਿਹੜਾ ਲੈਪਟਾਪ ਲੱਗਣਾ ਸਕਰੀਨ ਤੇ ਉਹਦਾ ਪ੍ਰੋਸੈਸਰ ਹੈਗਾ ਛੋਟਾ ਪਹਿਲੇ ਮਹੀਨੇ ਝੱਕੇ ਵਾਲੀ ਨੇ ਗੱਡੀ ਤੋਰ ਕੇ ਨਾ ਜਿਹੜੇ ਸਾਰੀ ਸੂਟਾਂ ਲੱਗਣਾ ਥੋੜੀ ਹਾਲ ਕੀ ਹੋਈ ਜਾਂਦਾ ਇੱਧਰ ਦੇਖੋ ਪ੍ਰੋਸੈਸਰ ਦਾ ਜਮਾਂ ਸਿਰੇ ਤੇ ਆਪਣੇ ਪਿੰਡ ਹੀ ਲੱਗੇ ਪਏ ਪਹਿਲੀ ਵਾਰ ਕਾਰਡ ਕੱਢੀ ਅਗਲੀ ਕਬੱਡੀ ਅਸੀਂ ਵੀ ਕੋਈ ਕਹਿ ਸਕਦੇ ਦਾਲ ਜ਼ਰੂਰ ਲਿਆ ਕਰੋ ਬਾਲੀਆਂ ਫਿਰਦੇ ਦਾਲ ਕਬੱਡੀ ਪਾ ਰਿਹਾ ਕਬੱਡੀ ਦੇ ਸਟਾਰ ਪਹਿਲਾਂ ਡੀਜੇ ਜਗਦੀਪ ਪਿੰਡੇ ਵਰਗੇ ਚਾਹੇ ਚੱਲ ਗੋਲੂ ਉਹਨਾਂ ਦੀ ਚੱਲਦੀ ਜਸਵੰਤ ਖੋਤੀ ਉਹਨਾਂ ਦੀ ਗੱਲ ਚੱਲਦੀ ਪਰ ਨਹੀਂ ਦੱਸ ਸਕਿਆ ਔਰ ਪੁਆਇੰਟ ਜਿਹੜਾ ਢਾਲੀ ਦਾ ਬੱਬੂ ਨੇ ਟਰਾਈ ਕੀਤੀ ਹੈ ਚੱਲ ਵੀ ਨੌਜਵਾਨਾਂ ਰੱਸੀ ਵਾਲਾ ਤੇ ਚਲਾਲਾ ਪਾਪ ਸਾਨੂੰ ਚੱਲਦੇ ਮੈਚ ਦੇ ਦਰਮਿਆਨ ਗਰਾਊਂਡ ਦੇ ਵਿੱਚ ਚਾਹੀਦੀ ਹੈ ਧੰਨਵਾਦ ਦਾ ਸਾਡੇ ਵੀ ਰਵਿੰਦਰ ਗਿੱਲ ਹੋਣਾ ਦਾ ਬਲਵੰਤ ਪਰਿੰਦਾ ਨਾਰੀ ਕਹਿੰਦੇ ਸੇਵਾ ਲੱਖਾਂ ਦੇ ਵੀ ਆਪਣੀ ਠੀਕ ਹੈ ਜੋ ਹੁਕਮਾਂ ਦੇ ਸਿਫਤ ਆ ਅਗਲੀ ਕਬੱਡੀ ਜੀਤਾ ਜਨੇਲ ਵੱਡਾ ਕੱਪ ਦਿੱਤਾ ਜਾਣਾ ਪ੍ਰਬੰਧ ਕਮੇਟੀਆਂ ਦੀ ਜੀਤੇ ਨੂੰ ਤੇ ਜਗਤਾਰ ਨੂੰ ਵੱਡੇ ਮਾਣ ਦਿੱਤੇ ਜਾਣੇ ਆਹ ਵੇਖਣੇ ਡਾਕਟਰ ਜਾਗਰ ਵਾਲਾ ਕਬੱਡੀ ਪਾ ਰਿਹਾ
ਫੇਰ ਜਾਂਦੀਆਂ ਇੱਕ ਗੱਡੀ ਦੇ ਬੱਬੂ ਦੇ ਦੂਜੇ ਪਾਸੇ, ਦੂਜੇ ਪਾਸੇ ਗੱਭਰੂ ਵੱਧ ਕੇ ਕਰਦਾ ਟਰਾਈ, ਉੱਧਰ ਡਾਕਟਰ ਜਾਣੇ ਵਾਲਾ ਬਹੁਤ ਤਕੜਾ ਪੈਣ ਦਾ ਵਾਅਦਾ ਕਰਦਾ ਜਾਣੇ ਦਾ ਖੇਡ ਪਾਪ ਵੱਡੀ ਪਿਛਲੇ ਬੜੇ ਪ੍ਰਬੰਧ ਕਮੇਟੀ ਇੱਕ ਵਾਰੀ ਦਸਤੀਆਂ ਨੂੰ ਵੇਖਦੀ ਹੈ ਵੀ ਫੁੱਕੀ ਦੇ ਨਾਲ ਤਾੜੀ ਮਾਰ ਦੋ, ਕਿਉਂਕਿ ਖਿਡਾਰੀਆਂ ਦੇ ਸੱਟ ਫੇਟ ਨਾ ਲੱਗੇ। ਜਿਹੜਾ ਸਹੁਰਾ ਫੁੱਕੀ ਦਾ ਨਾ ਕਹਿੰਦੇ ਵੀ ਪੰਜਾਂ ਵਾਲੀ ਭੰਬੀਰ ਨੂੰ ਬੁੱਕ ਹੁੰਦਾ, ਕੋਈ ਟੋਹਾ ਜਿਹੜਾ ਤੁਹਾਨੂੰ ਗਰਾਊਂਡ ਦੇ ਵਿੱਚ ਨਹੀਂ ਮਿਲੂਗਾ। ਇਹ ਫੁੱਕੀ ਦੀ ਵੱਡੀ ਮਿਹਨਤ ਹੈ, ਕਹਿੰਦੇ ਵੀ ਇਹ ਨੰਗਾ ਰੁਪਈਆਂ ਦੇ ਟੱਪ ਤੇ ਵੀ ਮਾਨ ਸਨਮਾਨ ਹੋਏ। ਮੈਂ ਸਮਾਪਤ ਤਾਂ ਕੀਤਾ ਜੀ, ਟਰੋਲੀ ਭਾਈ ਇੱਕ ਵਾਰੀ ਨੋਟ ਕਰੋ, ਟਰੋਲੀ ਭਾਈ ਲਾਡੀ ਭਾਈ ਲਾਡੀ ਭਾਈ ਹੈਲੋ ਲਾਡੀ ਵੀਰੇ ਟਰੋਲੀ ਭਾਈ ਜਿੱਤਗੀ ਚੱਲਦੇ ਮੈਂ ਤੇ ਟਰੋਲੀ ਭਾਈ ਜੀ ਦੀ ਜਿੱਤਗੀ ਨੋਟ ਕਰ ਲਿਓ। ਰੱਤੀਆ ਤੇ ਸੈਲਾਬਾ ਰੱਜੀ ਵਾਲਾ ਤੇ ਜਲਾਲਾਬਾਦ ਦੋਵੇਂ ਟੀਮਾਂ ਪਹੁੰਚਣ, ਰੱਜੀ ਵਾਲਾ ਤੇ ਜਲਾਲਾਬਾਦ, ਰੱਜੀ ਵਾਲਾ ਵਰਸੀ ਦੀ ਜਲਾਲਾਬਾਦ ਜਿੰਨੇ ਵੀ ਕਬੱਡੀ ਦੇ ਅਭਿਸ਼ਕ ਪੁੱਜੇ ਸਾਰਿਆਂ ਦਾ ਧੰਨਵਾਦ ਆ, ਕਬੱਡੀ ਦੇ ਪ੍ਰਸਿੱਧ ਦਰਾਦੇ ਪੁੱਜੇ ਆ ਸਾਰਿਆਂ ਦਾ ਧੰਨਵਾਦ। ਸਾਂਝ ਪਾਉਣਗੇ ਮੇਰੇ ਬਹੁਤ ਪਿਆਰੇ ਵੀਰ ਆ, ਕਿਉਂਕਿ ਬਹੁਤ ਪਿਆਰ ਕਰਦੇ ਆ ਟੋਕਰੀ ਵਾਲਾ ਹਰਦੀਪ ਸੁਖਰਾਜ ਰੋਟਿਆਂ ਵਾਲਾ ਜਦ ਸ਼ੁਰੂ ਹੋਇਆ ਸੀ ਨਾ 2013 ਦੇ ਵਿੱਚ ਕਿੱਦਾਂ ਪਰਮਾਤਮਾ ਦੀ ਕਿਰਪਾ ਹੋਈ ਸਾਰੀ ਕੇਸ ਰੱਖੇ ਪਹਿਲੀ ਵਾਰੀ ਲੰਗੀਆਂ ਨੇ ਮਿਲਿਆ ਸੀ ਟੂਰਨਾਮੈਂਟ ਤੇ ਲੱਗਿਆ ਸੀ ਤਾਂ ਉਹਦੇ ਚੱਲ ਕਈ ਜੀ ਸੁਖਰਾਜ ਕਿਹਾ ਮਿਹਨਤ ਕਰ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਵਧੀਆ ਬੁਲਾਰਾ ਬਣੇਗਾ। ਤੇ ਅੱਜ ਬਾਬੇ ਜੀ ਕਹਿੰਦੇ ਵੀ ਇਹ ਗੱਲ ਮੈਂ ਸੱਚੇ ਚਲੋ ਕਹਿੰਦਾ ਅਗਲੀਆਂ ਟੀਮਾਂ ਨੂੰ ਆਵਾਜ਼ ਮਾਰ ਕੇ ਗਰਾਊਂਡ ਜਿਹੜਾ ਖਾਲੀ ਹੋ ਚੁੱਕਾ। ਹਾਂਜੀ ਰੱਤੀ ਵਾਲਾ ਤੇ ਜਲਾਲਾ ਵਾ ਰੱਤੀ ਵਾਲਾ ਵਰਸ਼ ਹੈ ਸ਼ੁਰੂ ਨਹੀਂ ਹੋਇਆ ਜਦੋਂ ਦੇ ਵਾਜਾਂ ਮਾਰੀਆਂ ਵੜੀਆਂ ਵਾਜਾਂ ਮਾਰੀਆਂ ਬਲਵਾਨ ਨੇ ਰੱਤੀ ਵਾਲਾ ਵਰਸ਼ ਛੋਟਾ ਵੀਰ ਕੱਢਣ ਵਾਲੀ ਆ ਪਰਿਵਾਰ ਵੀ ਪੁੱਜ ਗਿਆ ਮੇਰੇ ਵੀਰ ਯਾਰਾਂ ਦਾ ਯਾਰ ਆ ਦਿਲਦਾਰ ਇਨਸਾਨ ਆ ਕਲੱਬ ਦੇ ਮੈਚ ਲਾਉਣੇ ਆ 12:30 ਟੀਮਾਂ ਨੂੰ ਬੇਨਤੀ ਆ ਕਿ ਪਹੁੰਚ ਜਾਣ, ਜਿਹੜੀ ਪਹਿਲੇ ਆ ਗਈ ਸੀ 2 ਮਿੰਟ ਡੀਕਣਾ ਉਹਨੇ ਜੇਤੂ ਬਣਾ ਦੇ ਦੇਣਾ। ਉਧਰ ਵੀ ਅੰਦਰ ਵੀ ਹੈਲੋ
ਕੱਟੂ ਬਰਨਾਲਾ ਦੇ ਚੌਂਕੇ ਦੂਜੇ ਮੈਚ ਕੱਟੂ ਬਰਨਾਲਾ ਦੇ ਚੌਂਕੇ ਦੋਨੇ ਟੀਮਾਂ ਪਹੁੰਚ ਰਹੇ ਗੱਬੜ ਹੈਲੋ ਹੈਲੋ ਦੋ ਤਿੰਨ ਸੌ ਕਈ ਉਦਣ ਦੇ ਜਾਂਗੇ ਜਿੱਦਣ ਫੀਸ ਰੱਬ ਰੋਟੀ ਸੰਗਤ ਪੁੱਛੀ ਹੋਈ ਹੈ ਆਸਾਂ ਦੇ ਵੱਡੇ ਸਰਕਾਰ ਬਹੁਤ ਬਹੁਤ ਧੰਨਵਾਦ ਹੈ ਅੱਜ ਕਹਿੰਦੇ ਕਬੱਡੀ ਦਾ ਵੱਡਾ ਮਹਾਂਕੁੰਭ ਜਿਹੜਾ ਲੁਹਾਰੇ ਦੇ ਵਿੱਚ ਹੋ ਰਿਹਾ ਹੈ ਨਾਲੇ ਦੇ ਪੀਡੀਐਫ ਫਾਈਲਾਂ ਵੀ ਹੋਣਗੀਆਂ ਨਾ ਪੀਡੀਐਫ ਫਾਈਲਾਂ ਵੀ ਹੋਣਗੀਆਂ ਪੀਡੀਐਫ ਫਾਈਲਾਂ ਚੋਂ ਕਾਪੀ ਕਰਕੇ ਮੇਰੇ ਨਾਲ ਸਾਡਾ ਚੋਟੀਆਂ ਵਾਲਾ ਸਾਡਾ ਵੀਰ ਉਹ ਵੀਰ ਫਾਰਮਾਂ ਦੇ ਕੇ ਗਏ ਆ ਸਾਰੇ ਹੀ ਪੁੱਜੇ ਕਬੱਡੀ ਦੇ ਬੁਲਾਰਿਆਂ ਦੇ ਬਹੁਤ ਵੱਡੇ ਧੰਨਵਾਦ ਗੱਲ ਕਬੱਡੀ ਦੀ ਟੀਮਾਂ ਨੂੰ ਦੇਖਦੀ ਹੈ ਜਲਦੀ ਤੋਂ ਜਲਦੀ ਗਰਾਊਂਡ ਚ ਆ ਜਾਣ ਜਲਾਲਾਬਾਦ ਵਾਸੇ ਰੱਜੀ ਵਾਲਾ ਕਿ ਖਾਲਸਾ ਪੰਥ ਸਜਾਉਂਦਾ ਜੇ ਕਿਤੇ ਬਾਜਾ ਵਾਲਾ ਨਾ ਨਾਮ ਆਪਣੇ ਨਾਲ ਸਿੰਘ ਤੇ ਪਾਲ ਸਿੰਘ ਕੌਣ ਲਗਾ ਸਕਦਾ ਗੁਰੂ ਤੇਗ ਬਹਾਦਰ ਦਿੱਲੀ ਦੇ ਸ਼ਹੀਦੀ ਨਾ ਪਾਵੇ ਕੋਈ ਧਰਮ ਦਾ ਮਾਸ਼ੇ ਤਿਉਹਾਰ ਮਨਾ ਸਕਦਾ ਸੁੱਖਾ ਸਿੰਘ ਅਹਿਸਾਨ ਸਿੰਘ ਨਾਲੇ ਵੱਧਦੇ ਬਸੇ ਨੂੰ ਮੱਥਾ ਟੇਕਣ ਅੰਮ੍ਰਿਤਸਰ ਸਿੰਘ ਕੋਈ ਨਾ ਜਾ ਸਕਦਾ ਤੇ ਭਗਤ ਸਿੰਘ ਸਰਦਾਰ ਜਿਹੇ ਨਾ ਜੇ ਚੁੱਕਦੇ ਬੰਸੀ ਨੂੰ ਨਾ ਫੌਜ ਚ ਹੁੰਦੇ ਪੰਜਾਬੀ ਤੇ ਸੱਚੀ ਦੇਸ਼ ਨਾ ਹੁੰਦਾ ਲੰਘੇ ਆਏ ਤਾਂ ਜੋੜਿਆ ਹੁੰਦੀ ਸੁੱਟ ਨੂੰ ਸਾਰਿਆਂ ਦੀ ਜੇ ਕੱਲ ਵੀ ਸਰਗੁਰ ਗੋਬਿੰਦ ਸਿੰਘ ਨਸ਼ੇ ਨਾਮ ਦਾ ਮੇਰੀ ਬੇਨਤੀ ਰੱਸੀ ਮਾਰ ਤੇ ਜਲਾਲਾਬਾਦ ਇਹ ਟੀਮਾਂ ਜਲਦੀ ਨਾਲ ਤਿਆਰ ਹੋ ਕੇ ਗਰਾਊਂਡ ਚ ਆ ਜਾਣ ਅੱਸੀ ਜਿਹੜੇ ਭਾਰਤੀਆਂ ਦੂਜੇ ਲਾਉਣ ਦੀਆਂ ਟੀਮਾਂ ਜਿਹੜੀਆਂ ਹੈ ਕੱਟੂ ਬਰਨਾਲਾ ਦੇ ਚੌਂਕੇ ਭਿੰਡਰ ਦੇ ਦਿਓਲ ਢੇਸੀ ਦੇ ਰਜਾਲਾ ਘੋਲੀਆ ਤੇ ਡੋਲੀ ਸ਼ਾਇਦ ਹੁਣ ਜਿਹੜੀ ਜਿੱਤੀ ਹੈ ਉਹਨਾਂ ਦਾ ਮੈਚ ਹੋਊਗਾ ਰੱਸੀ ਵਾਲੇ ਦੀ ਟੀਮ ਆਉਂਦੀ ਹੈ ਜਲਾਲਾਬਾਦ ਦੀ ਟੀਮ ਜਲਦੀ ਨਾਲ ਖੇਡ ਰਾਤ ਦੇ ਵਿੱਚ ਪੁੱਜਿਆ ਵੀ ਉਧਰ ਸਾਰੇ ਪ੍ਰਬੰਧ ਕਰੀਆਂ ਦਾ ਆਪਾਂ ਪਹਿਲੇ ਧੰਨਵਾਦ ਕਰਦੇ ਹਾਂ ਖੁਸ਼ੀ ਬਾਬਾ ਜੀ ਦੇ ਦਰਬਾਰ ਦੀ ਪ੍ਰਬੰਧ ਕਮੇਟੀ ਇੱਧਰ ਸਾਡੇ ਭਾਈ ਜੱਗੇ ਗੀਤਾ ਬਾਈ ਸਾਡਾ ਬਰਗਾਲੀ ਵਾਲੇ ਗੀਤ ਸੁਣਾਉਣਾ ਬੈਠਾ ਆਨੰਦ ਮਾਣ ਰਿਹਾ ਉਹਨਾਂ ਸਭ ਚੀਜ਼ਾਂ ਦੇ ਬਹੁਤ ਵੱਡੇ ਧੰਨਵਾਦ ਜਸਵਿੰਦਰ ਹੋਣੀ ਕਨੇਡਾ ਤੋਂ ਜਿਹੜੇ ਹੋਏ ਹੈ ਬਹੁਤ ਬਹੁਤ ਧੰਨਵਾਦ ਬਲਵੰਤ ਹੋਣੀ ਬਠਿੰਡਾ ਦੇ ਜਿਹੜੇ ਹੋਏ ਹੈ ਉਹਨਾਂ ਸਾਰੇ ਚੀਜ਼ਾਂ ਦੇ ਬਹੁਤ ਵੱਡੇ ਧੰਨਵਾਦ ਹੈ ਰੱਸੀ ਵਾਲਾ ਤੇ ਜਲਾਲਾਬਾਦ ਮੈਚ ਦਾ ਖੇਡਿਆ ਜਾਣਾ ਹੈ ਦੋਨੋਂ ਟੀਮਾਂ ਪਿਆਰ ਅਤੇ ਸੈਂਟਰ ਵਾਲੇ ਟੀਮ ਤੋਂ ਪਿਆ ਜਾਣਾ ਇੱਧਰ ਗੀਤਾ ਬਾਈ ਸਾਡਾ ਹਰ ਸਾਲ ਜਿਹੜੀ ਪੁਆਇੰਟਾਂ ਦੀ ਵੱਡੀ ਸੇਵਾ ਕਰਦਾ ਹੈ ਇਸ ਵੀਰ ਦਾ ਵੀ ਧੰਨਵਾਦ ਹੈ ਰੱਬ ਵਰਗੇ ਦਰਸ਼ਕ ਵੀਰ ਪੁੱਜੇ ਹੋਏ ਹੈ ਐਨ ਕਹਿੰਦੇ ਪੰਜਾਬ ਦੀ ਖੇਡ ਦੁਨੀਆਂ ਦੀ ਸੁਪਰ ਸੁਪਰ ਵੈਬਸਾਈਟ ਡੋਲੀ ਵਾਲੇ ਸੰਘਣ ਦੀ ਵੈਬਸਾਈਟ ਦੇ ਉੱਤੇ ਪੰਜਾਬ ਲਾਈਵ ਹੁਣ ਦੇ ਉੱਤੇ ਜਿਹੜਾ ਆਈਡਲ ਮੇਲਾ ਲਾਈਵ ਹੋ ਰਿਹਾ ਹੈ ਨੀਂਦਾ ਸੰਘਾ ਸਾਡਾ ਵੀਰ ਹੈਪੀ ਇੰਦਰਜੀਤ ਗਗਨ ਡੋਲੀ ਦੇ ਬੱਬੂ ਸੰਘੇ ਵੀ ਸਾਡੇ ਵੀਰ ਤੇ ਘੱਲਾ ਵਾਲਾ ਜੱਟ ਸਾਡਾ ਭਰਾ ਜਿਹੜਾ ਕੱਲੀ ਕੱਲੀ ਕਬੱਡੀ ਦੇ ਜੱਫੇ ਨੂੰ ਪੁਲਿਸਾਂ ਦੇ ਵਿੱਚ ਦਿਖਾਇਆ ਐਨ ਕਹਿੰਦੇ ਐਚਡੀ ਤਸਵੀਰਾਂ ਜਿਹੜੀਆਂ ਵਿਦੇਸ਼ਾਂ ਦੇ ਵਿੱਚ ਆ ਰਹੀਆਂ ਐਚਡੀ ਤਸਵੀਰਾਂ ਜਿਹੜੀਆਂ ਪੰਜਾਬ ਲਾਈਵਾਂ ਦੇ ਉੱਤੇ
ਵਿਦੇਸ਼ਾਂ ਦੇ ਵਿੱਚ ਲਾਈਵ ਜਿਹੜੀਆਂ ਜਾ ਰਹੀਆਂ ਹੈ ਉਧਰ ਵੱਡੀ ਜਿਹੜੀ ਤਕਨੀਕ ਲੱਗੀ ਹੋਈ ਹੈ ਸਟੇਜ ਦੇ ਬਿਲਕੁਲ ਸੱਜੇ ਆਪਾਂ ਜਲਾਲਾਬਾਦ ਤੇ ਰੱਜੀ ਵਾਲੇ ਸੇਵਾਦਾਰ ਨੂੰ ਬਹੁਤ ਦਰਵਾਜ਼ਾ ਖੋਲ੍ਹ ਦੇ ਗੱਡੀਆਂ ਆ ਗਈਆਂ ਬਾਹਰ ਖੋਲ੍ਹ ਦੇ ਗੱਡੀਆਂ ਹੈਲੋ ਕਈ ਹੋਇਆ ਕਿ ਜਿਹੜੇ ਅੱਜ ਕੱਲ੍ਹ ਦੇ ਆਪਣੇ ਆਪ ਨੂੰ ਪੜ੍ਹੇ ਲਿਖੇ ਸਮਝਦੇ ਉਹਨਾਂ ਨੂੰ ਕਿਹੜੀ ਪਤਾ ਲੱਗਾ ਹੋਣਾ ਹੈ।